ਅੱਜ ਕੱਲ੍ਹ ਸਟੂਡੈਂਟਸ ਨੂੰ ਦੇਖਦੇ ਹਾਂ ਕਿ ਇਨਫੋਰਮੇਸ਼ਨ ਲੈਣ ਆਉਂਦੇ ਆ ਆਫਿਸਿਸ ਦੇ ਵਿੱਚ, ਬਟ ਇੱਕ ਚੀਜ਼ ਕਾਮਨ ਜਿਹੜੀ ਦੇਖਣ ਨੂੰ ਮਿਲਦੀ ਕਿ ਯੂਕੇ ਐਪਲੀਕੇਸ਼ਨਸ ਦੇ ਵਿੱਚ ਉਹਨਾਂ ਦੇ ਦਿਲਾਂ 'ਚ ਡਰ ਹੈ ਜਾਂ ਰਿਊਮਰ ਕਈ ਏਜੰਟਸ ਨੇ ਫੈਲਾਇਆ ਕਿ ਇੰਟਰਵਿਊ ਆਊਗੀ, ਪਤਾ ਨਹੀਂ ਕੀ ਹੋ ਚੱਲਾ। ਸਟੂਡੈਂਟ ਬੜਾ ਨਰਵਸ ਆਉਂਦਾ, ਔਰ ਇੱਕ ਮਿਥ ਪਤਾ ਨਹੀਂ ਕਿੱਦਾਂ ਫਿੱਟ ਕੀਤੀ ਹੈ ਕਈ ਏਜੰਟਸ ਨੇ ਕਿ ਕੁੜੀਆਂ ਤਾਂ ਇੰਟਰਵਿਊ ਕੱਢ ਲੈਂਦੀਆਂ, ਮੁੰਡੇ ਨਹੀਂ ਕੱਢਦੇ। ਸੋ ਕੋਈ ਜ਼ਿਆਦਾ ਇਹਦੇ ਵਿੱਚ ਰੋਕਟ ਸਾਇੰਸ ਨਹੀਂ ਹੈਗੀ। ਜਨਰਲ ਜੀ ਚੀਜ਼ ਪੁੱਛੀ ਜਾਂਦੀ ਹੈ ਕਿ ਯੂਕੇ ਕਿਉਂ ਜਾਣਾ, ਇਸ ਯੂਨੀਵਰਸਿਟੀ 'ਚ ਕਿਉਂ ਜਾਣਾ, ਇਸ ਕੋਰਸ 'ਚ ਕੀ ਜਾਣਾ, ਤੁਹਾਨੂੰ ਬੈਨੀਫਿਟ ਕੀ ਹੋਊਗਾ। ਅੱਜ ਵੀਜ਼ਾ ਗ੍ਰਾਂਟ ਆਇਆ ਮਿਸਟਰ ਜਸਪ੍ਰੀਤ ਸਿੰਘ ਦਾ, ਜਿਨ੍ਹਾਂ ਨੇ ਕ੍ਰੈਡੀਬਿਲਟੀ ਵੀ ਕਲੀਅਰ ਕੀਤੀ ਹੈ ਅਤੇ ਵੀਜ਼ਾ ਵੀ ਲੈ ਲਿਆ। ਬਹੁਤ ਬਹੁਤ ਮੁਬਾਰਕਾਂ ਜਸਪ੍ਰੀਤ। ਸੋ ਇੱਕ ਚੀਜ਼ ਮੈਨੂੰ ਦੱਸੋ ਕਿ ਤੁਹਾਡੀ ਜਰਨੀ ਸੀ ਜਿਹੜੀ ਹੋਮ ਗਲੋਬਲ ਦੇ ਨਾਲ, 2020 ਪਾਸ ਆਊਟ ਹੋ, ਉਸ ਤੋਂ ਬਾਅਦ ਸਟੱਡੀ ਗੈਪ ਸੀਗਾ, ਤੁਸੀਂ ਆਫਿਸ ਦੇ ਵਿੱਚ ਆਏ, ਅੱਜ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਕੀ ਤੁਹਾਡਾ ਐਕਸਪੀਰੀਅੰਸ ਰਿਹਾ ਹੋਮ ਗਲੋਬਲ ਦੇ ਨਾਲ? ਮੇਰਾ ਨਾਮ ਜਸਪ੍ਰੀਤ ਸਿੰਘ ਹੈ, ਮੈਂ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਹਾਂ। ਮੈਂ ਆਪਣੀ 12th 2020 ਪਾਸ ਆਊਟ ਕੀਤੀ ਸੀ, ਨਾਲ ਮੇਰਾ 2 ਸਾਲ ਦਾ ਸਟੱਡੀ ਦਾ ਗੈਪ ਸੀ, ਅਤੇ ਮੈਂ ਜਨਵਰੀ ਦੇ ਵਿੱਚ ਹੋਮ ਗਲੋਬਲ ਵਿਜ਼ਿਟ ਕੀਤਾ ਸੀ, ਅਤੇ ਇਹਨਾਂ ਨੇ ਅੱਜ ਮੇਰਾ ਵੀਜ਼ਾ ਲਿਆ ਤਾ ਯੂਕੇ ਦਾ। ਥੈਂਕ ਯੂ ਹੋਮ ਗਲੋਬਲ, ਅਤੇ ਅੱਜ ਮੈਂ ਸਾਰਿਆਂ ਨੂੰ ਰਿਕਮੈਂਡਡ ਕਰਦਾ ਹਾਂ ਕਿ ਇੱਥੇ ਜ਼ਰੂਰ ਵਿਜ਼ਿਟ ਕਰੋ।